ਯਾਰ ਰਬਾ ਉਹ ਪ੍ਰਾ ਉਹ ਥੱਥੋਂ ਗੱਡੀ ਆ ਜੂਗੀ ਉਹ 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 ਮਰਨਾ ਹੋਰ ਮੈਂ ਕੀ ਕਰਨਾ ਮਰਨੀ ਤਾਂ ਆ ਤਾਂ ਇੱਥੇ ਬੈਠ ਕੇ ਰੋਟੀ ਘਾਤੋ ਖਾਈ ਜਾਣਾ ਲੈ ਦੱਸ ਇਹ ਗੱਡੇ ਸਾਰਾ ਦਿਨ ਆਵੇ ਮੈਂ ਭੁੱਖਾ ਤਾਂ ਨਹੀਂ ਮਰਨਾ ਤੂੰ ਮਰਨ ਕਿਉਂ ਲੱਗਾ ਯਾਰ ਉਹ ਕੀ ਦੱਸਾਂ ਭਰਾਵਾ ਕੈਨੇਡਾ ਜਾਣਾਸਤੇ ਇੱਕ ਏਜੰਟ ਨੂੰ ਪੈਸੇ ਦਿੱਤੇ ਸੀ ਵੀਜ਼ਾ ਵੀ ਨਹੀਂ ਲਵਾਇਆ ਤੇ ਪੈਸੇ ਵੀ ਮੁੱਕਰ ਗਿਆ ਉਹ ਤੇਰੇ ਵਾਂਗੂ ਕਈ ਮੁੰਡੇ ਕੁੜੀਆਂ ਆਈਲੈਂਡਸ ਕਰਕੇ ਨਾ ਆ ਗਲਤ ਏਜੰਟਾਂ ਦੇ ਧੱਕੇ ਚੜੇ ਫਿਰਦੇ ਆ ਪਰ ਤੈਨੂੰ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਉਹ ਹੁਣ ਇਕੱਲਾ ਤੇਰੇ ਨਹੀਂ ਤੇਰੀ ਸਾਰੀ ਫੈਮਿਲੀ ਦਾ ਵੀਜ਼ਾ ਲੱਗ ਜੂ ਉਹ ਵੀ ਪੱਕਾ ਅੱਛਾ ਕਿਵੇਂ ਬਾਈ ਉਹ ਤੂੰ じゃ ਕੈਮਰਾ ਉਹ ਕਾਲਾਂ ਦੇ 11 ਫੇਸ ਮਹਾਲੀ ਚ ਉਹ ਮੇਰੇ ਚਾਚੇ ਦੇ ਮੁੰਡੇ ਦਾ ਵੀਜ਼ਾ ਵੀ ਉਹਨਾਂ ਨੇ ਲਵਾ ਕੇ ਦਿੱਤਾ ਉਹ ਬਹੁਤ ਘੱਟ ਪੈਸੇ ਉਹ ਵੀ ਵੀਜ਼ਾ ਲੱਗਣ ਤੋਂ ਬਾਅਦ ਚ ਪੱਕੀ ਗੱਲ ਹੈ ਮੈਂ ਹੁਣ ਜਾਣਾ ਓ ਗੱਲ ਸੁਣ ਕੈਨੇਡਾ ਜਾ ਕੇ ਖਾਉ ਲਓ ਜੀ ਇਹ ਤਾਂ ਗਿਆ ਕੈਨੇਡਾ ਤੇ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਪਹੁੰਚੋ ਕੈਮਰਾ ਕੰਸਲਟੈਂਟ ਪ੍ਰਾਈਵੇਟ ਲਿਮਟਿਡ 11 ਫੇਸ ਮੁਹਾਲੀ